ਧਰਮੀ ਬਣਨਾ ਕਿਉਂ ਜ਼ਰੂਰੀ ਹੁੰਦਾ ਹੈ ਉਸ ਦੇ ਸਿਧਾਂਤਾਂ ਨੂੰ ਸਮਝਣਾ ਕਿ ਉਹ ਕਿਹੜੇ ਕਰਮ ਜੋ ਸਮਾਜ ਵਿੱਚ ਰਹਿੰਦੇ ਆ ਅਸੀਂ ਕਮਾਉਣੇ ਨੇ ਸਮਾਜ ਦੇ ਨਾਲ ਸਾਡਾ ਕੀ ਰਿਸ਼ਤਾ ਹੈ ਤੇ ਕਿਹੜੀਆਂ-ਕਿਹੜੀਆਂ ਉਹ ਜ਼ਿੰਮੇਵਾਰੀਆਂ ਨੇ ਜੋ ਅਸੀਂ ਧਰਮ ਨੂੰ ਸਮਝ ਕੇ ਉਹ ਕਰਮ ਨੂੰ ਕਮਾਉਣਾ ਹੁੰਦਾ ਹੈ ਤੇ ਜਿਵੇਂ ਗੁਰੂ ਮਹਾਰਾਜ ਜੀ ਨੇ ਦਇਆ ਤੋਂ ਸ਼ੁਰੂ ਕੀਤਾ ਕਿਹੜੇ-ਕਿਹੜੇ ਭਾਵ ਨੇ ਅੱਜ ਆਪਸੀਂ ਉਸ ਤੋਂ ਗੱਲਬਾਤ ਸ਼ੁਰੂ ਕਰਾਂਗੇ ਪ੍ਰਭ ਆਸਰਾ ਵਿਖੇ ਭਾਈ ਸ਼ਮਸ਼ੇਰ ਸਿੰਘ ਜੀ ਨਾਲ ਕਿ ਉਹ ਇਸ ਤੇ ਸਾਨੂੰ ਵਿਚਾਰ ਦੇਣਗੇ ਭਾਈ ਸਾਹਿਬ ਜੀ ਅਸੀਂ ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮਨੁੱਖ ਦਾ ਕਿਉਂਕਿ ਜ਼ਿਆਦਾਤਰ ਅਸੀਂ ਦੇਖਿਆ ਕਿ ਅਸੀਂ ਧਰਮੀ ਬਣ ਜਾਂਦੇ ਆ ਆਪਣੇ ਕਰਮ ਨੂੰ ਨਾ ਸਮਝਣ ਕਾਰਨ ਕਿਤੇ ਨਾ ਕਿਤੇ ਸਾਡੇ ਤੇ ਸਵਾਲ ਖੜੇ ਹੋ ਜਾਂਦੇ ਨੇ ਧਰਮੀ ਪੁਰਸ਼ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਧਰਮ ਨੂੰ ਅਸੀਂ ਵਖਰੇਵੇਂ ਆਂ ਵੰਡਾਂ ਵਿੱਚ ਲੈ ਲਿਆ ਪਰ ਉਸ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਕਰਮਾਂ ਵਿੱਚੋਂ ਹੀ ਧਰਮ ਨੇ ਪ੍ਰਗਟ ਹੋਣਾ ਹੁੰਦਾ ਹੈ ਤੇ ਉਹ ਕਿਵੇਂ ਦਾ ਰਿਸ਼ਤਾ ਹੈ ਕਿਹੜੇ ਉਸ ਦੀਆਂ ਜ਼ਿੰਮੇਵਾਰੀਆਂ ਨੇ ਕਿਹੜੇ ਉਹ ਸਿਧਾਂਤ ਨੇ ਜਿਨ੍ਹਾਂ ਨੂੰ ਕਮਾ ਕੇ ਅਸਲੀ ਧਰਮੀ ਹੋ ਮਨੁੱਖ ਹੋਣ ਦਾ ਆਪਣਾ ਫਰਜ਼ ਨਿਭਾ ਸਕਦੇ ਤੇ ਬਿਲਕੁਲ ਬਹੁਤ ਇੰਪੋਰਟੈਂਟ ਵਿਸ਼ਾ ਤੁਹਾਡਾ ਕਿਉਂਕਿ ਧਰਮ ਸ਼ਬਦ ਜਿੰਨਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤੋਂ ਚ ਆਉਂਦਾ ਹੈ ਹਾਂਜੀ ਉਹਨਾਂ ਇਹਨੂੰ ਸਮਝੇ ਨਹੀਂ ਗਿਆ ਇਹਦੀ વાસ્તਵਿਕਤਾ ਨੂੰ ਮੂਲ ਰੂਪ ਨੂੰ ਸਮਝਿਆ ਨਹੀਂ ਜਾਂਦਾ ਕਿਉਂਕਿ ਸਾਡੇ ਕੰਮਾਂ ਤੋਂ ਸਾਡੇ ਬੋਲਣਾਂ ਤੋਂ ਵਿਚਾਰਾਂ ਚੋਂ ਪ੍ਰਗਟ ਹੁੰਦਾ ਹੈ ਕਿ ਅਸੀਂ ਧਰਮ ਨੂੰ ਅਜੇ ਮਤਲਬ ਸਮਝਣ ਤੋਂ ਬੁਰੀ ਤਰ੍ਹਾਂ ਫੇਲ ਹੋਏ ਹੋਏ ਹੈ ਜ਼ਿਆਦਾਤਰ ਲੋਗ ਇਹਦੇ ਵਿੱਚ ਤੇ ਜਿਸ ਤਰੀਕੇ ਨਾਲ ਤੁਸੀਂ ਮਹਿਸੂਸ ਕਰਦੇ ਆਂਗੇ ਧਰਮ ਦਾ ਧਰਮ ਨੂੰ ਧਰਮੀ ਬਣ ਜਾਂਦੇ ਆਂ ਚਲੋ ਭਾਵਨਾਵਾਂ માં ਕਈ ਵੱਡੀਆਂ ਨਹੀਂ ਹੁੰਦੀਆਂ ਅੱਖਰਾਂ ਰਹੀ ਨਹੀਂ ਹੁੰਦੀਆਂ ਪਰ ਇਹ ਨਹੀਂ ਹੁੰਦਾ ਕਿ ਧਰਮੀ ਬਣ ਕੇ ਧਰਮ ਦੇ ਗੁਣ ਨਾ ਝਲਕਣ ਹੈ ਨਾ ਪਰ ਧਰਮੀ ਅਸੀਂ ਸਰੀਰ ਨੂੰ ਬਣਾ ਲੈਂਦੇ ਆਂ ਹਾਂਜੀ ਧਰਮੀ ਜਿਹੜਾ ਮਨ ਨੂੰ ਬਣਾਉਣਾ ਸੀ ਨਾ ਮਨ ਮੈਲਾ ਸਭ ਕੁਛ ਮੈਲਾ ਤੰਤ ਉੱਤੇ ਮਨ ਅਚਨ ਵੈਜਗਤ ਪਰਮਪੁਲਾਇਆ ਭਿਰਲਾ ਬੁੱਝਾ ਕੋਈ ਗੱਲ ਬੁੱਝਣ ਦੀ ਸੀ ਨਾ ਗੱਲ ਤੁਸੀਂ ਬੰਦੇ ਦੀ ਕਰਦੇ ਆਂ ਵੀ ਬੰਦਾ ਜਿਹੜਾ ਧਰਮੀ ਹੋਵੇ ਤੇ ਉਹਦੀ ਕੀ ਡਿਊਟੀ ਆ ਸਮਾਜ ਦੇ ਪ੍ਰਤੀ ਮਾਰੇ ਕਹਿੰਦੇ ਹੁਕਮ ਪਛਾਣਨਾ ਸੋ ਇੱਕੋ ਜਾਣਾ ਬੰਦਾ ਕਹੀ ਹੈ ਸੋਈ ਹੁਕਮ ਨੂੰ ਪਛਾਣਨਾ ਸੱਚ ਨੂੰ ਸਮਝਣਾ ਜਿਹੜਾ ਬੁੱਝਣਾ ਚੀਨਣਾ ਜਿਹੜਾ ਹੁੰਦਾ ਉੱਥੋਂ ਫਿਰ ਧਰਮ ਜਿਹੜਾ ਹੈਗਾ ਇਨਸਾਨ ਦੇ ਅੰਦਰ ਉਪਜਿਦਾਏ ਧਰਮ ਦੀ ਜੇਕਰ ਪਰਿਭਾਸ਼ਾ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਇਹ ਧਰਮ ਜਿਹੜਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਇੱਕੋ ਧਰਮ ਨਿਰੜਾ ਸੱਚ ਕੋਈ ਧਰਮ ਨੂੰ ਅਸੀਂ ਇਸ ਤਰੀਕੇ ਨਾਲ ਮੰਨਦਾ ਕਿਉਂਕਿ ਬਹੁਤ ਸਾਰੀਆਂ ਮਰਿਆਦਾਵਾਂ ਬਣਾਈਆਂ ਜਾਂਦੀਆਂ ਏ ਸਮੇਂ-ਸਮੇਂ ਦੇ ਉਹ ਮਹਾਨ ਪੁਰਸ਼ ਜਿਨ੍ਹਾਂ ਨੇ ਪਰਮ ਸੱਚ ਨੂੰ ਅਨੁਭਵ ਕੀਤਾ ਜਿਨ੍ਹਾਂ ਨੂੰ ਧੁਰ ਤੋਂ ਖਸਮ ਦੇ ਬੁੱਲ ਸੁਣੇ ਜਿਨ੍ਹਾਂ ਨੇ ਮਤਲਬ ਉਹ ਸੱਚ ਦਾ ਪ੍ਰਕਾਸ਼ ਜਿਨ੍ਹਾਂ ਨੇ ਵੇਖਿਆ ਏ ਉਹਨਾਂ ਨੇ ਕੁਝ ਮਰਿਆਦਾਵਾਂ ਸਮਾਜ ਦੇ ਵਿੱਚ ਬਣਾਈਆਂ ਹੈਗੀਆਂ ਉਸ ਵੇਲੇ ਦੇ ਹਾਲਾਤਾਂ ਨੂੰ ਵੀ ਧਿਆਨ ਚ ਰੱਖਿਆ ਨਾਲ ਦੀ ਨਾਲ ਗੁਰੂ ਸਾਹਿਬਾਨਾਂ ਨੇ ਬਰਾਈਆਂ ਧੱਕੇਸ਼ਾਈਆਂ ਤੇ ਵਿਰੋਧ ਉਹਨਾਂ ਦਾ ਪ੍ਰੈਕਟੀਕਲੀ ਜੀਵਨ ਵੀ ਆਪ ਖੁਦ ਕਮਾਇਆ ਨਹੀਂ ਬਿਲਕੁਲ ਜੀ ਉਹ ਮਰਿਆਦਾਵਾਂ ਜਿਹੜੀਆਂ ਅਸੀਂ ਧਰਮ ਨੂੰ ਸਮਝਣ ਦੇ ਵਿੱਚ ਬਹੁਤ ਹੈਲਪਫੁਲ ਹੈ ਇਸੇ ਤਰੀਕੇ ਨਾਲ ਜਿਵੇਂ ਅਸੀਂ ਮਤਲਬ ਗੱਲ ਕਰਦੇ ਹੁੰਦੇ ਹਾਂ ਕਿ ਰੀਲਿਸ ਨਿਕ ਰੂਲ ਬਣਾ ਦਿੱਤੇ ਕਿ ਇਹ ਫਾਲੋ ਕਰਨੇ ਹੈਗੇ ਤਾਂ ਕਿ ਪਰਮ ਸੱਚ ਨੂੰ ਅਨੁਭਵ ਕੀਤਾ ਜਾ ਸਕੇ ਧਰਮ ਜਿਹੜਾ ਹੈਗਾ ਗੁਰੂ ਸਾਹਿਬਾਂ ਦਾ ਧਰਮ ਜਿਹੜਾ ਤੋਲ ਹੈ ਉਹ ਧਰਮ ਹੈ ਧਰਮ ਦਇਆ ਕਾ ਪੂਤ ਹੈ ਹੁਣ ਦਇਆ ਕਾਪੂਤ ਜਿਹੜਾ ਹੈਗਾ ਉਹਨੂੰ ਆਪਾਂ ਕਿਦਾਂ ਵੰਡੂਗੇ ਪਰਮੇਸ਼ਰ ਦੀ ਦਇਆ ਦੇ ਵਿੱਚੋਂ ਪੈਦਾ ਹੋਈ ਇਹ ਕੁਦਰਤ ਕੁਦਰਤ ਦੇ ਨਿਯਮ ਪ੍ਰਕਿਰਤੀ ਦੇ ਨਿਯਮ ਸ੍ਰਿਸ਼ਟੀ ਦੀ ਤੇ ਸਰੀਰਾਂ ਦੀ ਜਿਹੜੀ ਹੈਗੀ ਆ ਤੇ ਇਸ ਦੇ ਜਿਹੜੇ ਇੱਕ ਯੂਨੀਵਰਸਲ ਲਾਅ ਹੈਗੇ ਆ ਉਸ ਐਂਗਲ ਤੋਂ ਜਦੋਂ ਅਸੀਂ ਇਹਨੂੰ ਧਰਮੀ ਧਰਮ ਨੂੰ ਦੇਖਾਂਗੇ ਉਹਨੂੰ ਧਾਰਨ ਕਰਾਂਗੇ ਜੋ ਕੁਦਰਤ ਬਲਹਾਰੀ ਕੁਦਰਤ ਵਸਿਆ ਕੁਦਰਤ ਦੇ ਵਿੱਚ ਜੋ ਵਸਿਆ ਹੋਇਆ ਪਰਮੇਸ਼ਰ ਕੁਦਰਤ ਕੇ ਸਭ ਬੰਦੇ ਹੈ ਨਾ ਤੇ ਜਦੋਂ ਉਸ ਸੀਜ ਨੂੰ ਅਸੀਂ ਵਿਚਾਰਾਂ ਦੀ ਗੁਰੂ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਕੋਸ਼ਿਸ਼ ਕਰਾਂਗੇ ਫਿਰ ਅਸੀਂ ਧਰਮ ਦੀ ਪਰਿਭਾਸ਼ਾ ਨੂੰ ਕੁਛ ਨਾ ਕੁ ਸਮਝਣ ਦੇ ਯੋਗ ਬਣਾਗੇ ਅਦਰਵਾਇਜ਼ ਜਿਸ ਐਂਗਲ ਤੋਂ ਅਸੀਂ ਆਪਣੇ ਆਪ ਨੂੰ ਧਰਮੀ ਕਹਿ ਰਹੇ ਹਾਂ ਉਸ ਐਂਗਲ ਤੋਂ ਤਾਂ ਮਹਾਰਾਜ ਕਹਿੰਦੇ ਉਹ ਜਿਹੜਾ ਸਿਰਜਣਹਾਰ ਬਾਪ ਤੁਹਾਡਾ ਨਾ ਤੁਸਾਂਜਾ ਸਾਹਿਬ ਬਾਪ ਹਮਾਰਾ ਉਹ ਬਾਪ ਨੂੰ ਧਰਮ ਨੇ ਕਿਹਾ ਉਸ ਬਾਪ ਨੂੰ ਅਮਜਬੇ ਕਿਹਾ ਵੀ ਇਹਦਾ ਕੋਈ ਮਜਬ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਮਜਬ ਬਣਾ ਲੇ ਜਿਸ ਤਰ੍ਹਾਂ ਤੁਸੀਂ ਧਰਮ ਸਮਝ ਬੈਠੇ ਹੈ ਨਾ ਇਸ ਤਰੀਕੇ ਨਾਲ ਤਾਂ ਫਿਰ ਉਹ ਧਰਮ ਹੀ ਹੈ ਉਹਦਾ ਕੋਈ ਐਸਾ ਧਰਮ ਨਹੀਂ ਹੈਗਾ ਤੇ ਇਸ ਕਰਕੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਗਾ ਜਗਾ ਤੇ ਵੀ ਜਿਹੜਾ ਕਿ ਜਿਦੇ ਵਿੱਚ ਕਿ ਸਮ ਦ੍ਰਿਸ਼ਟੀ ਹੈ ਸ਼ੈਨਸ਼ੀਲਤਾ ਹੈ ਦਇਆ ਦਇਆ ਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਕਿਉਂਕਿ ਮੂਲ ਜਿਹੜਾ ਹੈਗਾ ਨਾ ਧਰਮ ਦਾ ਧਰਮ ਦਾ ਉਦਿਆ ਹੈ ਜੋ ਅਸੀਂ ਜਿਹੜਾ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਜਿਹੜਾ ਹੈਗਾ ਇਹ ਜਿਹੜਾ ਪਾਪ ਦਾ ਮੂਲ ਇਹ ਚੀਜ਼ਾਂ ਹੈਗੀਆਂ ਤੇ ਜਿਹੜਾ ਧਰਮ ਹੈਗਾ ਉਹਦਾ ਮੂਲ ਦਇਆ ਹੈਗੀ ਹੈ ਇਸ ਚੀਜ਼ ਨੂੰ ਮਤਲਬ ਜਿਹੜਾ ਦਇਆ ਜੀ ਦਇਆ ਪ੍ਰਮਾਨ ਤੇ ਧਰਮੀ ਪੁਰਸ਼ ਦੇਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਸ਼ੁਰੂ ਤੋਂ ਆਪ ਦੇਖਦੇ ਹਾਂ ਗੁਰੂ ਸਾਹਿਬ ਗੁਰੂ ਨਾਨਕ ਪਾਸ਼ਾ ਨੂੰ ਦੇਖਦੇ ਆ ਉਹਨਾਂ ਨੇ ਇੱਕ ਦੀ ਗੱਲ ਕੀਤੀ ਹੈ ਇੱਕ ਤੋਂ ਹੀ ਸਾਰੀ ਅਨਿਕਤਾ ਆਈ ਹੈ ਓਂਕਾਰ ਇੱਕ ਉਹ ਰਵ੍ਰਿਹਾ ਸਭ ਇੱਕ ਸਮ ਹੈ ਸਮਾਵੇਗੋ ਇੱਕ ਪਤਾ ਐਕਸ ਕੇ ਅਸੀਂ ਬਾਰਿਕ ਦੀ ਗੱਲ ਕੀਤੀ ਹੈ ਸਰ ਮਤਲਬ ਸੰਸਾਰ ਜਿਹੜਾ ਇੱਕ ਤੋਂ ਆਇਆ ਇੱਕ ਤੋਂ ਆਇਆ ਉਸੇ ਤੋਂ ਜਿਹੜੇ ਵੀ ਪੰਜ ਤਾਤ ਇਹਨਾਂ ਦੀ ਸੇਵਾ ਚ ਲੱਗੇ ਹੋਏ ਆ ਤੇ ਉਸ ਤਰੀਕੇ ਨਾਲ ਜੀਵ ਪੈਦਾ ਹੁੰਦੇ ਆ ਰਾਣਾ ਰਾਉ ਨਕੋਰ ਹੈ ਰੰਗਨਤੋਂ ਗਫੀਰ ਬਾਰੀਆਪੂ ਆਪਣੇ ਕੋਈ ਨਾ ਬੰਦਾ ਤੇ ਮਤਲਬ ਸਭ ਦੇ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੈ ਇਹ ਨਹੀਂ ਵੀ ਰਾਜਾ ਜਿਹੜਾ ਹੈਗਾ ਉਹ ਪੇਟ ਤੋਂ ਨਹੀਂ ਜਨਮ ਲੈਂਦਾ ਉੱਪਰੋਂ ਸਿੱਧਾ ਹੁੰਦਾ ਇਹ ਨਹੀਂ ਕਿ ਉਹ ਮਨ ਨੌਜਵਾਨੀ ਹੈ ਬੜੇ ਪਿਛ ਨਹੀਂ ਜਾਂਦਾ ਇਹ ਨਹੀਂ ਕਿ ਉਹ ਖਤਮ ਨਹੀਂ ਹੁੰਦਾ ਇਹ ਬਾਰ ਬਾਰ ਜਿਹੜੀ ਸਾਨੂੰ ਮਰਿਆਦਾ ਸਮਝਾਈ ਗਈ ਹੈ ਉਹਦੇ ਵਿੱਚ ਜਿਵੇਂ ਪਰਮੇਸ਼ਰ ਜਿਵੇਂ ਆਪਾਂ ਦੇਖਦੇ ਹਾਂ ਕੁਦਰਤ ਦੇ ਵਿੱਚ ਇੱਕ ਇੱਕੋ ਚੀਜ਼ ਜਿਹੜੀ ਧਾਰਨ ਕੀਤੀ ਹੋਈ ਹੈ ਸਮਦਰਸ਼ਟੀ ਦਾ ਸੁਧਾਰ ਸਾਰਿਆਂ ਦੇ ਉੱਤੇ ਤੇ ਜੇਕਰ ਸੂਰਜ ਬਣਾਇਆ ਤਾਂ ਇੱਕੋ ਜਿਹਾ ਬਿਹੇਵੀਅਰ ਹੈ ਹਵਾ ਬਣਾਈ ਉਹਦਾ ਇੱਕੋ ਜਿਹਾ ਬਿਹੇਵੀਅਰ ਹੈ ਪਾਣੀ ਬਣਾਈ ਉਹਦਾ ਇੱਕੋ ਜਿਹਾ ਬਿਹੇਵੀਅਰ ਹੈ ਧਰਤੀ ਉਹਦਾ ਇੱਕੋ ਜਿਹਾ ਬਿਹੇਵੀਅਰ ਹੈ ਧਰਤੀ ਵੀ ਜਿਹਨੂੰ ਵੀ ਆਪਾਂ ਜਿਸ ਤਰੀਕੇ ਨਾਲ ਵੀ ਧਰਤੀ ਦੇ ਵਿੱਚ ਕਿਸੇ ਨੂੰ ਦਫਨਾਉਂਗੇ ਨਾ ਤਾਂ ਉਹਨੇ ਇੱਕੋ ਜਿਹਾ ਬਿਹੇਵੀਅਰ ਬੀਹੇਵ ਕਰਨਾ ਸਭ ਦੇ ਨਾਲ ਧਰਤੀ ਨੇ ਕੋਈ ਚੀਜ਼ ਬਿਲਕੁਲ ਜਿਵੇਂ ਤੁਸੀਂ ਕੁਦਰਤ ਦੀ ਗੱਲ ਕੀਤੀ ਹੈ ਕਿ ਕਾ ਤੇ ਜਦ ਪਰਮ ਸੱਚ ਦੀ ਗੱਲ ਕਰ ਰਹੇ ਆ ਤਾਂ ਫਿਰ ਧਰਮ ਦਾ ਏ ਹੈ ਕਿ ਜਦੋਂ ਕਰਮ ਕਮਾ ਕੇ ਅਸੀਂ ਪਰਮ ਸੱਚ ਨੂੰ ਤਾਂ ਪ੍ਰਾਪਤ ਹੋਵਾਂਗੇ ਧਰਮ ਕਿਸੇ ਦੇ ਬਖਰੇਵੇਂ ਤੇ ਵੱਡਾ ਦਾ ਰੂਪ ਨਹੀਂ ਹੈਗਾ ਜੋ ਧਰਮ ਹੈ ਉਹ ਤੁਹਾਨੂੰ ਕਮਾਉਣਾ ਪਏਗਾ ਤੇ ਧਰਮੀ ਪੁਰਸ਼ ਦੇ ਹੁੰਦਿਆਂ ਫਿਰ ਜੋ ਸਾਨੂੰ ਸਾਹਮਣੇ ਦਿਖਦਾ ਜਿਵੇਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਦਸਮ ਪਾਸ਼ਾ ਨੇ ਵੀ ਪਰਚਾ ਸ਼ਬਦ ਦਾ ਦਦਾਰ ਖਾਲਸੇ ਦਾ ਪੂਜਾ ਅਕਾਲ ਕੀ ਜੋ ਕਿਹਾ ਉਹਦੇ ਵਿੱਚੋਂ ਤਾਂ ਪ੍ਰਗਟ ਹੋਏਗਾ ਫਿਰ ਸਾਨੂੰ ਨਾਲ ਦੀ ਨਾਲ ਆਪਣੇ ਕਰਮ ਕਮਾਉਂਦਿਆਂ ਇਹ ਜੋ ਗ੍ਰਸਥ ਦੇ ਹੈ ਜੀਵਨ ਦੇ ਹੈ ਪਰਿਵਾਰਾਂ ਦੇ ਤੇ ਸਮਾਜ ਪ੍ਰਤੀ ਜੋ ਡਿਊਟੀ ਬਣਦੀ ਹੈ ਸਾਡੇ ਸਾਹਮਣੇ ਬਰਾਈਆਂ ਧੱਕੇਸ਼ਾਈਆਂ ਤੇ ਕਿਤੇ ਨਾ ਕਿਤੇ ਉਹ ਫਰਜ਼ ਧਰਮੀ ਪੁਰਸ਼ ਅਦਾ ਕਰੇਗਾ ਜਿਵੇਂ ਦਇਆ ਤੋਂ ਗੱਲ ਸ਼ੁਰੂ ਹੋਈਏ ਹੂੰ ਨਹੀਂ ਨਹੀਂ ਚਲ ਲਈ ਜਿਹੜੀ ਗੱਲ ਅਸਲ 'ਚ ਉਹ ਸਮਾਜ ਦੀ ਪਰਿਭਾਸ਼ਾ ਜਿਹੜੀ ਹੈ ਪਰਿਵਾਰ ਦੀ ਪਰਿਭਾਸ਼ਾ ਜੇ ਗੁਰਮਤ ਅਨੁਸਾਰ ਦੇਖੀਏ ਕਿਉਂਕਿ ਉਸ ਦ੍ਰਿਸ਼ਟੀਕੋਣ ਤੋਂ ਇਹ ਸੰਸਾਰ ਜਿਹੜਾ ਨਾ ਇੱਕ ਤੋਂ ਆਇਆ ਤੇ ਇੱਕ ਪਰਿਵਾਰ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਰਿਵਾਰ ਤੇ ਸਮਾਜ ਨੂੰ ਅਲੱਗ-ਅਲੱਗ ਨਹੀਂ ਸਮਝਿਆ ਉਹਨਾਂ ਦੇ ਕੱਲੇ-ਕੱਲੇ ਕੰਮ ਚ ਦੇਖ ਲਓ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਕੇ ਮਨੁੱਖੀ ਹੱਕਾਂ ਦੇ ਲਈ ਸਾਰੇ ਸਾਰੇ ਰੱਬ ਦੇ ਜੀਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਤੇ ਉਸ ਵੇਲੇ ਕੋਈ ਆ ਥੋੜਾ ਜਿਹਾ ਵੀ ਰਿਸ਼ਤੇਦਾਰਾਂ ਲਈ ਕਿਹਾ ਸੀ ਉਹਨਾਂ ਜਾਂ ਕਿਸੇ ਕਿਨਾਂ ਲਈ ਕਿਹਾ ਸੀ ਤੇ ਜਦੋਂ ਗਲ ਨਾਲ ਲਾਇਆ ਕਿਸੇ ਨੂੰ ਦੁੱਖ ਮਤਲਬ ਕਹ ਲਓ ਕੋੜ ਤੋਂ ਪੀੜਤ ਉਥੇ ਇਹ ਥੋੜਾ ਜਿਹਾ ਵੀ ਮੇਰਾ ਰਿਸ਼ਤੇਦਾਰ ਲੱਗਦਾ ਹੈਗਾ ਜਾਂ ਕੋਈ ਦਾ ਕੋਈ ਕਿਸੇ ਖਾਸ ਸੰਬੰਧ ਕਿਸੇ ਫਰਕੇ ਨਾਲ ਸੰਬੰਧ ਹੈਗਾ ਨਹੀਂ ਗੁਰੂ ਸਾਹਿਬ ਨੇ ਹਮੇਸ਼ਾ ਸਾਨੂੰ ਮਤਲਬ ਜੋ ਚੀਜ਼ਾਂ ਇੱਕ ਡੈਮੋ ਦੇ ਦੇ ਕੇ ਰੋਹਾਨੀ ਸਿਧਾਂਤਾਂ ਨੂੰ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਝਲਕਦੀਆਂ ਹੈਗੀਆਂ ਸਾਨੂੰ ਇਹੀ ਸਮਝਾ ਰਹੀ ਹੈਗੀਆਂ ਕਿ ਇੱਕ ਇੱਕ ਸੰਸਾਰ ਜਿਹੜਾ ਹੈ ਨਾ ਇੱਕ ਤੋਂ ਆਇਆ ਜਿਵੇਂ ਤੁਸੀਂ ਪਰਿਵਾਰ ਨੂੰ ਸਮਝਦੇ ਹੋ ਇਸੇ ਤਰੀਕੇ ਨਾਲ ਸਮਾਜ ਦੇ ਪ੍ਰਤੀ ਤੁਹਾਡੀਆਂ ਡਿਊਟੀਆਂ ਐ ਤੁਹਾਡੇ ਫਰਜ਼ ਐ ਇਹ ਮਤਲਬ ਤੁਸੀਂ ਜੇਕਰ ਇਨਸਾਨ ਰੱਬ ਨੇ ਤੁਹਾਨੂੰ ਸਭ ਤੋਂ ਕਹਿੰ ਲੋ ਸੁਚੇਤ ਬਣਾਇਆ ਏ ਹੋਏ ਸੁਚੇਤ ਅਚੇਤ ਹੋਏ ਮਨਸ ਪਰ ਅੱਜ ਅਚੇਤ ਹੋਏ ਹੋਏ ਆਸੀਂ ਆਪਣੇ ਫਰਜ਼ਾਂ ਨੂੰ ਨਹੀਂ ਸਮਝ ਰਹੇ ਆਪਣੀਆਂ ਡਿਊਟੀਆਂ ਨੂੰ ਨਹੀਂ ਸਮਝ ਰਹੇ ਵੀ ਸਾਰੇ ਇੱਕ ਤੋਂ ਆਏ ਤੁਸੀਂ ਕਹੀ ਜਾਂਦੇ ਆ ਕਿ ਸੰਸਾਰ ਇੱਕ ਤੋਂ ਆਇਆ ਕੁਦਰਤ ਇੱਕ ਐ ਕਾਦਰ ਇਕ ਹੈ ਅਸੀਂ ਇਕ ਕਹੀ ਜਾਂਦੇ ਹਾਂ ਸਾਰਿਆਂ ਪ੍ਰਤੀ ਫਿਰ ਇਕੋ ਜੀ ਸਾਡੀ ਦ੍ਰਿਸ਼ਟੀ ਕਿਉਂ ਨਹੀਂ ਹੈ ਸਾਰਿਆਂ ਪ੍ਰਤੀ ਇਕੋ ਜਿਹਾ ਫਰਜ਼ੰਦਾ ਅਹਿਸਾਸ ਕਿਉਂ ਨਹੀਂ ਹੈ ਤੇ ਫਿਰ ਅਸੀਂ ਫੋਕਟ ਕਰਮ ਕੀ ਨੂੰ ਕਰਾਂਗੇ ਕਿਉਂਕਿ ਉਸ ਵੇਲੇ ਫੋਕਟ ਕਰਮ ਬਹੁਤ ਜ਼ਿਆਦੇ ਵੱ ਚੁੱਕੇ ਸੀ ਉਸ ਵੇਲੇ ਵੇਸ ਨੂੰ ਭੇਖ ਨੂੰ ਜਾਂ ਪਵਿੱਤਰ ਗ੍ਰੰਥਾਂ ਦੀ ਬਾਣੀ ਪੜ੍ਹ ਲੈਣੀ ਗਾ ਲੈਣੀ ਸੁਣ ਲੈਣੀ ਇਹਨੂੰ ਧਰਮ ਸਮਝ ਕੇ ਬੈਠ ਗਏ ਸੀ ਗੁਰੂ ਸਾਹਿਬ ਨੇ ਕਿਹਾ ਵੀ ਜੇਕਰ ਤੁਸੀਂ ਇਹਦੇ ਵਿੱਚ ਜੋ ਹੁਕਮ ਹੈ ਜੋ ਹਿਦਾਇਤ ਹੈ ਜੋ ਸੁਝਾਏ ਜੋ ਸੁਨਿਹਾਏ ਜੇਕਰ ਉਸ ਨੂੰ ਬੁੱਝ ਕੇ ਸਮਝ ਕੇ ਅਮਲਾਂ ਦੇ ਵਿੱਚ ਨਹੀਂ ਲਿਆਉਂਦੇ ਫਿਰ ਇਹ ਅਧਿਆਤਮ ਕਰਮ ਨਹੀਂ ਹੈ ਫਿਰ ਇਹ ਫੋਕਟ ਕਰਮ ਹੈ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਗਿਆਨਕਾਚ ਤੇ ਅਧਿਆਤਮ ਕਰਨੇ ਫੋਕਟ ਕਰਮ ਦੀ ਗੱਲ ਮਹਾਰਾਜ ਬਾਰ-ਬਾਰ ਜਿਹੜੀ ਗੱਲ ਕਰਦੇ ਆ ਕਿ ਫੋਕਟ ਕਰਮ ਦੁਨੀਆ ਬਹੁਤ ਕਰਦੀ ਹੈ ਕਿਉਂ ਕਿ ਫੋਕੇ ਕਹਿੰਦੇ ਨੇ ਕਿ ਅਸੀਂ ਸਾਰੇ ਇੱਕ ਤੋਂ ਆਏ ਆ ਤੇ ਇਹਨੇ ਖੜਾ ਕਰਨਾ ਪਏਗਾ ਹਾਂ ਮਹਾਰਾਜ ਕਹਿੰਦੇ ਫੋਕਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸੋ ਇਸ ਕਰਕੇ ਮਹਾਰਾ ਨੇ ਜਗਾ ਜਗਾ ਤੇ ਇਹ ਗੱਲਾਂ ਸਮਝਾਈਆਂ ਵੀ ਫੋਕਟ ਕਰਮ ਨਹੀਂ ਕਰਨਾ ਤੇ ਅਸੀਂ ਅਧਿਆਤਮ ਕਰਮ ਕਰਨਾ ਹੈ ਤਾਂ ਕਿ ਇਸ ਤੇ ਸਾਨੂੰ ਚੱਲਣ ਦੇ ਲਈ ਪਹਿਲਾ ਇਹ ਹੈ ਜਿਵੇਂ ਹੁਣ ਆਪਾਂ ਧਰਮ ਦੀ ਗੱਲ ਕਰਦੇ ਕੋਈ ਫਰਜ਼ ਬਣਦੇ ਨੇ ਜੁਮੇਵਾਰ ਪਰ ਗਿਆਨ ਦੀ ਲੋੜ ਹੁੰਦੀ ਹੈ ਫਿਰ ਗਿਆਨ ਹੈ ਜਿਹੜਾ ਜੇਕਰ ਹੁਣ ਸਾਨੂੰ ਗੁਰਬਾਣੀ ਦਿੱਤੀ ਹੈ ਜਾਂ ਕੋਈ ਹੋਰ ਵੀ ਧਰਮਾਂ ਦੀ ਗੱਲ ਹੈ ਉਹ ਕਿਵੇਂ ਹੋਵੇ ਕਿ ਕਿਦਾਂ ਉਹ ਸੰਗਤ ਅੱਜ ਸਾਨੂੰ ਪ੍ਰਾਪਤ ਹੀ ਹੋ ਰਹੀ ਹੈ ਅਲੱਗ-ਅਲੱਗ ਗੱਲਾਂ ਵਿਚਾਰਾਂ ਧਰਮ ਦੇ ਨਾਂ ਤੇ ਹੋ ਰਹੀਆਂ ਨੇ ਫਿਰ ਉਹ ਉਹ ਗਿਆਨ ਨੂੰ ਕਮਾ ਸਕੇ ਉਹ ਸੱਚ ਦਾ ਪ੍ਰਕਾਸ਼ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਵੇ ਦੇਖੋ ਹਮੇਸ਼ਾ ਇੱਕ ਗੱਲ ਆ ਜਿਹੜੀ ਹੈ ਨਾ ਜਿਵੇਂ ਆਪਾਂ ਪੜਦੇ ਆ ਰਹੇ ਹਾਂ ਸ਼ੁਰੂ ਤੋਂ ਹੈ ਨਾ ਵੀ ਜੇਕਰ ਕਿਸੇ ਨੇ ਇੰਜੀਨੀਅਰ ਬਣਨਾ ਹੈ ਤਾਂ ਉਹਨੂੰ ਕੀ ਸਬਜੈਕਟ ਰੱਖਣੇ ਪੈਣੇ ਆ ਤੇ ਜੇ ਕਿਨੇ ਡਾਕਟਰ ਬਣਨਾ ਹੈ ਤਾਂ ਉਹਨੂੰ ਕਿਦਾਂ ਬਾਇਓ ਰੱਖਣੀ ਪੈਂਦੀ ਹੈਗੀ ਹੈ ਜੇਕਰ ਕਿਸੇ ਨੇ ਮਤਲਬ ਸੀਏ ਬਣਨਾ ਹੈਗਾ ਤੇ ਉਹਦੇ ਵਿੱਚ ਜਿਹੜੇ ਸਬਜੈਕਟ ਹੈਗੇ ਆ ਉਹਦੇ ਨਾਲ ਸੰਬੰਧਿਤ ਸਮਝਾਏ ਜਾਂਦੇ ਆ ਕਿ ਹਾਂ ਤੁਸੀਂ ਇਹ ਚੀਜ਼ ਇਹ ਸਬਜੈਕਟ ਰੱਖਣੇ ਤੁਹਾਡੇ ਲਈ ਜ਼ਰੂਰੀ ਤੇ ਉਸ ਤੋਂ ਬਾਅਦ ਫਿਰ ਟੈਸਟ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਐਡਮਿਸ਼ਨ ਹੁੰਦੀਆਂ ਆ ਉਸ ਤੋਂ ਪਹਿਲੇ ਟੈਸਟ ਹੁੰਦੇ ਆ ਵੀ ਹਾਂ ਇਹ ਚੀਜ਼ ਪਲੱਸ 2 ਦੇ ਵਿੱਚ ਇਹ ਚੀਜ਼ਾਂ ਮਤਲਬ ਇਸ ਕਰਕੇ ਹਰ ਚੀਜ਼ ਜਿਹੜੀ ਹੈ ਨਾ ਉਹਦੇ ਲਈ ਕੋਈ ਐਲੀਜੀਬਿਲਟੀ ਹੁੰਦੀ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਕਲੀਅਰਲੀ ਸਮਝਾ ਦਿੱਤਾ ਕਿ ਇਸ ਦੇ ਲਈ ਜਿਵੇਂ ਸੰਤਾਂ ਨੂੰ ਸਿਪਾਈ ਬਣਾਇਆ ਸੀ ਨਾ ਗੁਰੂ ਸਾਹਿਬ ਨੇ ਸਤਵਾਦੀ ਨੂੰ ਹੈ ਨਾ ਮਾਨਵਤਾਵਾਦੀ ਇਹਨਾਂ ਦੇ ਅੰਦਰ ਹੈਗਾ ਉਹ ਅਧਿਆਤਮਾਦੀ ਬਣ ਸਕਦੇ ਹੈਗੇ ਤੇ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਬਿੰਗੁਣ ਕੀਤੇ ਭਗਤ ਨਾ ਹੋਏ ਗੁਣਾਂ ਨੂੰ ਧਾਰਨ ਕਰਨਾ ਪੈਣਾ ਹੈ ਗੁਣ ਦੇ ਵਿੱਚ ਮਹਾਰਾ ਹਮੇਸ਼ਾ ਸੱਚ ਦੀ ਸਮਦ੍ਰਿਸ਼ਟੀ ਦੀ ਇੱਕ ਦ੍ਰਿਸ਼ਟ ਕਰ ਸੰਸਰ ਜਨ ਜੋਗੀ ਕੀ ਸੋਈ ਤੇ ਮਹਾਰਾਜ ਸੱਚ ਕਮਾ ਮੈਂ ਸੋਈ ਕਾਜੀ ਜੋ ਦਿਲ ਸੋ ਦਸੋਈ ਹਾਜੀ ਤੇ ਬਾਰ ਬਾਰ ਸਾਨੂੰ ਚੇਤਿਆ ਕਰਾ ਰਹੇ ਆ ਕਿ ਸੱਚ ਨੂੰ ਸਮਦ੍ਰਿਸ਼ਟੀ ਨੂੰ ਸ਼ੈਨਸ਼ੀਲਤਾ ਨੂੰ ਦਇਆ ਨੂੰ ਇਮਾਨਦਾਰੀ ਨੂੰ ਪ੍ਰੇਮ ਨੂੰ ਨੇੜਤਾ ਨੂੰ ਨਰਵੈਰਤਾ ਨੂੰ ਆਪਣੇ ਧਾਰਨ ਕਰਕੇ ਧਰਮੀ ਬੰਨਾ ਇਹਨੂੰ ਧਾਰਨ ਕਰਨਾ ਹੈ ਕਿਉਂਕਿ ਹਰ ਕੇ ਗੁਣਾਂ ਹਰ ਭਾਵਨ ਦੇ ਸੇ ਗੁਰੂ ਤੇ ਪਾਏ ਹਰੀ ਦੇ ਗੁਣ ਜਿਹੜੇ ਹੈਗੇ ਇਹਨਾਂ ਨੂੰ ਧਾਰਨ ਕਰੇ ਬਿਨਾ ਅਸੀਂ ਧਰਮੀ ਨਹੀਂ ਬਣ ਸਕਦੇ ਜੇ ਅਸੀਂ ਧਾਰਨ ਨਹੀਂ ਕੀਤਾ ਇਹ ਹਰ ਸਮੇਂ ਯਾਦ ਰੱਖਣਾ ਪਏਗਾ ਮੈਂ ਕੀ ਕਰ ਰਿਹਾ ਮੈਨੂੰ ਪਰਮਾਤਮਾ ਦੇਖ ਰਿਹਾ ਮੈਂ ਕਰਮ ਕਿਵੇਂ ਕਰ ਮਾਰੇ ਹਾਂ ਤੇ ਇਸੇ ਤਰ੍ਹਾਂ ਕਈ ਵਾਰੀ ਅਸੀਂ ਇਹ ਹੈ ਧਰਮ ਦੇ ਨਾਂ ਤੇ ਅਧਿਕਾਰਾਂ ਦੀ ਗੱਲ ਕਰਦੇ ਆ ਕਿ ਸ਼ਾਇਦ ਅਸੀਂ ਕੁਝ ਇਹ ਇਹ ਕਰ ਸਕਦੇ ਆ ਸਾਨੂੰ ਕੁਝ ਵੱਖਰੇ ਹੋਣ ਦੀ ਜਾਂ ਲੋੜ ਹੈਗੀ ਤੇ ਜਰ ਜਿਹੜਾ ਧਰਮੀ ਪੁਰਸ਼ ਉਹਨਾਂ ਸਮਰਾਂ ਨੂੰ ਕੱਢਣ ਲਾ ਕੇ ਉਹਨਾਂ ਨੂੰ ਜੇਕਰ ਇਨਸਾਫ ਦੇਣਾ ਹੈ ਕਿ ਇਸ ਦੀ ਕਿਵੇਂ ਲੋੜ ਹੈ ਕਿ ਉਹ ਖਾਲਸੋ ਕੇ ਜੋ ਅੱਜ ਉਹਨਾਂ ਨੂੰ ਪੂਰਾ ਨਿਆਂ ਦੇ ਸਕਦਾ ਸਾਨੂੰ ਵਿੱਚ ਰਹਿ ਕੇ ਹੀ ਪ੍ਰਗਟ ਹੋਇਆ ਜਾ ਸਕਦਾ ਹੈ ਅਲੈਦਗੀ ਜੀ ਕੋਈ ਲੋੜ ਜੋ ਮਨ ਤੇ ਸਿਧਾਂਤਾਂ ਨੂੰ ਸਮਝਣ ਦੀ ਇਸ ਦੀ ਤੁਸੀਂ ਵਿਆਖਿਆ ਕੀ ਕਰੋਗੇ ਜੀ ਦੇਖੋ ਜੇਕਰ ਵੱਖਰੇ ਦੀ ਗੱਲ ਕਰਦੇ ਆਂ ਧਰਮੀ ਪੁਰਸ਼ ਹਮੇਸ਼ਾ ਆਮ ਭੀੜ ਨਾਲੋਂ ਵੱਖਰਾ ਹੁੰਦਾ ਹੈ ਵੱਖਰਾ ਹੁੰਦਾ ਹੈ ਸਮ ਦ੍ਰਿਸ਼ਟੀ ਦੇ ਆਧਾਰ ਤੇ ਭਗਤਾਂ ਦੀ ਚਾਲ ਨਾਲ ਹਾਂ ਤਾਂ ਨਾ ਕਿ ਵੱਖ-ਵਾਤ ਦੇ ਆਧਾਰ ਤੇ ਵੱਖਰਾ ਹੈ ਉਦੇ ਪ੍ਰਤੀਸਥਾ ਦੇ ਪ੍ਰਤੀ ਦ੍ਰਿਸ਼ਟੀ ਸਾਮ ਹੈ ਇਸ ਕਰਕੇ ਉਹ ਵਖਰਾ ਹੈਗਾ ਹਾਂ ਇਸ ਇਸ ਦੇ ਆਧਾਰ ਤੇ ਉਹ ਕਰਮ ਕਰਦਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੱਕ ਲਾਤ ਨਾ ਇੱਕ ਦੀ ਗੱਲ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਇੱਕ ਦੀ ਗੱਲ ਕੀਤੀ ਹੈਗੀ ਹੈ ਗੁਰੂ ਸਾਹਿਬ ਕਹਿੰਦੇ ਕੋਈ ਪਿਆ ਮੁੰਡਿਆ ਸੰਿਆਸੀ ਕੋਈ ਜੋਗੀ ਪਿਆ ਕੋਈ ਬ੍ਰਹਮਚਾਰੀ ਕੋਈ ਜਤੀ ਹਨਮਾਨ ਕੋਈ ਹਿੰਦੂ ਤੁਰ ਕੋ ਰਾਫ ਜੀ ਇਮਾਮ ਸਾਫੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਕਰਤਾ ਕ੍ਰੀਮ ਸੋਈ ਰਾਜ ਕ੍ਰੀਮ ਉਹ ਦੂਸਰੋ ਨਾ ਪੇਦ ਕੋਈ ਫੂਲ ਪਰਮਾਨ ਉਹ ਇੱਕ ਹੀ ਕਿਸੇ ਅਭਾਵੀ ਕੋ ਗੁਰੂ ਦੇਵ ਇੱਕ ਇੱਕ ਇਸ ਰੂਪ ਸਭ ਇੱਕ ਹੈ ਜੋਤ ਜਨ ਉਹ ਗੱਲ ਇੱਕ ਦੀ ਹੋ ਰਹੀ ਹੈ ਨਾ ਬਾਰ ਬਾਰ ਤੇ ਇਸ ਕਰਕੇ ਜਿਹੜਾ ਇੱਕ ਦਾ ਸਿਧਾਂਤ ਗੁਰੂ ਸਾਹਿਬ ਨੇ ਗੁਰੂ ਸਾਹਿਬ ਜਿਸ ਵੇਲੇ ਮਤਲਬ ਸੱਚ ਦੇ ਆਧਾਰ ਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਬੰਦੇ ਦੇ ਅੰਦਰਲਾ ਇਨਸਾਨ ਜਿਵੇਂ ਇਨਸਾਨ ਦੇ ਅੰਦਰਲਾ ਇਨਸਾਨ ਖਤਮ ਹੋ ਗਿਆ ਡਾਕਟਰ ਜਿਹੜਾ ਹੈਗਾ ਹੁਣ ਡਾਕਟਰ ਦੇ ਅੰਦਰ ਡਾਕਟਰ ਵਾਲਾ ਗੁਣੇ ਨਾ ਕੋਈ ਝਲਕੇ ਤੇ ਉਹਨੂੰ ਕੋਈ ਡਾਕਟਰ ਮੰਨਣ ਨੂੰ ਤਿਆਰ ਹੋਏਗਾ ਤੇ ਧਰਮੀ ਅੰਦਰ ਜੇਕਰ ਕੋਈ ਦਿਆ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਮਤਲਬ ਸਮਦਰਸ਼ਟੀ ਦੇ ਆਧਾਰ ਤੇ ਕੋਈ ਗੁਣੀ ਨਾ ਚਲ ਕੇ ਤੇ ਉਹਨੂੰ ਕੋਈ ਧਰਮੀ ਮਨ ਨੂੰ ਤਿਆਰ ਹੋਊਗਾ ਉਹ ਕਹਿੰਦਾ ਜੇ ਜੀ ਮੈਂ ਕਹਿੰਦਾ ਵੀ ਫਰਸਟ ایڈ ਤਾਂ ਮਤਲਬ ਮਿਲ ਹੀ ਨਹੀਂ ਹੈਗੀ ਇਹ ਤਾਂ ਕਹਿੰਦੇ ਨਰਸ ਹੈਗੀ ਵੀ ਫਰਸਟ ایڈ ਵੀ ਨਹੀਂ ਮਿਲੀ ਸਾਨੂੰ ਤਾਂ ਵੀ ਇਹ ਨਰਸ ਹੈ ਇਸੇ ਤਰੀਕੇ ਨਾਲ ਧਰਮੀ ਤੇ ਆਸ ਰੱਖੀ ਉਹਨੇ ਕੋਟ ਪਾਇਆ ਦੇਖ ਕੇ ਕਹਿੰਦੇ ਤਾਂ ਵੀ ਇਹ ਸਿਸਟਰ ਹਾਂ ਵੀ ਇਹ ਸੇ ਮੈਡੀਕਲ profession ਤੋਂ ਹੈਗੀ ਵੀ ਉਸ ਦੇ ਕੋਲ ਭੱਜ ਕੇ ਜਾਨੇ ਤੇ ਜੇਕਰ ਮਤਲਬ ਉਹਨੇ ਕੋਟ ਪਾਇਆ ਹੋਇਆ ਤੇ ਉਹਦੇ ਕੋਲੋਂ ਕੋਈ ਕਰਮ ਨਹੀਂ ਉਦੰਦਾ ਹੋਇਆ ਤੇ ਅਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਇਹ ਇਸ profession ਦੀ ਹੈ ਇਸੇ ਕਰਕੇ ਜੇਕਰ ਅਸੀਂ ਬਾਣਾ ਪਾ ਲਿਆ ਧਰਮ ਵਾਲਾ ਤੇ ਜੇਕਰ ਸਾਡਾ ਮਨ ਧਰਮੀ ਨਹੀਂ ਹੈਗਾ ਗੁਣ ਸਾਡੇ ਅੰਦਰ ਉਹ ਹੈ ਨਹੀਂ ਤੇ ਫਿਰ ਸਾਨੂੰ ਫੋਕਟ ਕਰਮੀ ਤੇ ਪਖੰਡੀ ਜਿਹੜਾ ਹੈ ਨਾ ਪਖੰਡ ਜਿਹੜਾ ਹੈਗਾ ਨਾ ਫਿਰ ਉਸ ਕੈਟਾਗਰੀ ਦੇ ਵਿੱਚ ਇਹ ਗੁਰੂ ਸਾਹਿਬ ਦੇ ਵੇਲੇ ਬਹੁਤ ਕੁਝ ਹੁੰਦਾ ਸੀ ਖੋਦ ਤੇ ਉੱਤੇ ਛੇਰ ਦੀ ਖਲ ਜਿਹੜੀ ਪਾ ਕੇ ਉਦੋਂ ਵੀ ਮਤਲਬ ਇਹ ਗੱਲਾਂ ਸਾਨੂੰ ਸਮਝਾਈਆਂ ਗਈਆਂ ਸੀ ਤੇ ਇਸ ਕਰਕੇ ਬਾਰ-ਬਾਰ ਗੁਰੂ ਸਾਹਿਬ ਸਾਨੂੰ ਇਹੀ ਚੇਤਿਤ ਕਰਾਉਂਦੇ ਵੀ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ ਤੁਸੀਂ ਧਰਮੀ ਨਹੀਂ ਬਣ ਸਕਦੇ ਬਿਨੇ ਬਿਨ ਗੁਣ ਕੀਤੇ ਭਗਤ ਨਾ ਹੋਏ ਇਸ ਕਰਕੇ ਗੁਣ ਜਿਹੜੇ ਹਨ ਇਹ ਪਰਮੇਸ਼ਰ ਨੂੰ ਪਾਉਂਦੇ ਆ ਕੋਈ ਏਡੀ ਲੰਮੀ ਚੌੜੀ ਇਹ ਨਹੀਂ ਕਿ ਅਸੀਂ ਜੇਕਰ ਆਪਾਂ ਕਹੀਏ ਵੀ ਧਰਮ ਨੂੰ ਸਮਝਣ ਦੇ ਲਈ ਜੋ ਕਿ ਸਾਨੂੰ ਪਹਿਲਾਂ ਤੁਸੀਂ ਗੁਣਾਂ ਨੂੰ ਧਾਰਨ ਕਰੋਗੇ ਇਹ ਔਗਣ ਛੱਡਣੇ ਆ ਮਹਾਰਾਜ ਕਹਿੰਦੇ ਨਾਨਕ ਔਗਣ ਜੇਤੜੇ ਤੇ ਇੱਥੇ ਗਲੀਆਂ ਜ਼ੰਜੀਰ ਜੇ ਗੁਣ ਹੋਣ ਤਾਂ ਕਟੀਆਂ ਸੇ ਭਾਈ ਸੇ ਵੀਰ ਔਗਣ ਛ ਗੁਣਾਂ ਨੂੰ ਧਾਰਨ ਕਰਨਾ ਹੈ ਤੇ ਬਾਰ ਬਾਰ ਮਨ ਸਾਨੂੰ ਕਹਿੰਦੇ ਵੀ ਮਨ ਨੂੰ ਜੇਕਰ ਤੁਸੀਂ ਮਨ ਨੂੰ ਧਰਮੀ ਬਣਾਉਣਾ ਸਰੀਰ ਨੂੰ ਧਰਮੀ ਜਿਹੜਾ ਹੈਗਾ ਨਾ ਬਣਾ ਕੇ ਕੱਲਾ ਮਸਲਾ ਹੱਲ ਨਹੀਂ ਹੋ ਸਕਦਾ ਤੁਹਾਨੂੰ ਮਨ ਨੂੰ ਧਰਮੀ ਬਣਾਉਣਾ ਪਏਗਾ ਕਿਉਂਕਿ ਮਨ ਜਿਹੜਾ ਹੈਗਾ ਜੋ ਕੁਝ ਕਰਦਾ ਹੈਗਾ ਉਹ ਮਨ ਕਰਦਾ ਹੈਗਾ ਇਸ ਕਰਕੇ ਜੇਕਰ ਅਸੀਂ ਧਰਮੀ ਵਾਲੇ ਕੱਪੜੇ ਹੁਣ ਜਿਵੇਂ ਹੁੰਦਾ ਨਾ ਕਿ ਸਵਾਰਥੀਆਂ ਨੇ ਲੋਭੀਆਂ ਨੇ ਲਾਲਚੀਆਂ ਨੇ ਹੈ ਨਾ ਤੇ ਉਸ ਕੈਟਾਗਰੀ ਜਿਹੜੇ ਇਨਸਾਨ ਜਿਹੜੇ ਹੈਗੇ ਹੁਣ ਕਈ ਵਾਰ ਅਸੀਂ ਅੱਜ ਦੇਖਣ ਨੂੰ ਮਿਲਦਾ ਹੈਗਾ ਬਹੁਤ ਤਰ੍ਹਾਂ ਦੇ ਲੋਕ ਹੈਗੇ ਚੰਗੇ ਵੀ ਬਹੁਤ ਹੈਗੇ ਪਰ ਉਹਦੇ ਵਿੱਚ ਕਈ ਵਾਰ ਹੁੰਦਾ ਵੀ ਸਵਾਰਥੀ ਲੋਕਾਂ ਨੇ ਦੂਜੇ ਲੋਗਾ ਨੇ ਧਰਮ ਦਾ ਪਹਿਰਾਵਾ ਪਾ ਲਿਆ ਤੇ ਉਹ ਤਾਂ ਮਾਰਾ ਕਹਿੰਦੇ ਆਪ ਮਤਲਬ ਸੱਚ ਕਮਾਵਾ ਜਿਵੇਂ ਗੱਲ ਕਹੀ ਹੈ ਨਾ ਕਮਾਉਣ ਦੀ ਗੱਲ ਕੀ ਹੈ ਕਰ ਸੋਕੇ ਤੇ ਧਰਮ ਕਮਾਇਆ ਗਿਆ ਨਾ ਕਰਕੇ ਗਿਆ ਨਾ ਕਮਾਉਣ ਦਾ ਵਿਸ਼ਾ ਨਾ ਧਰਮ ਤਾਂ ਗਾਉਣ ਦਾ ਕੇਵਲ ਮਹਾਰਾਜ ਕਹਿੰਦੇ ਪੜਿਆ ਗੁਣੀ ਹੈ ਨਾਮ ਸਭ ਸੁਣੀ ਹੈ ਅਨਪਾਉ ਭਾਉ ਨਾ ਦਰਸ ਹੈ ਲੋਹਾ ਕੰਚਨ ਇਹਨੋਂ ਇੱਕ ਐਸੀ ਜੋ ਪਰਸ ਨਾ ਪਰਸ ਹੈ ਮਤਲਬ ਮਾਰਾ ਕਹਿੰਦੇ ਪੜਨਾ ਗਾਉਣਾ ਤੇ ਸੁਣਨਾ ਜਿਹੜਾ ਹੈਗਾ ਨਾ ਜੋ ਪੜਿਆ ਜੋ ਗਾਇਆ ਜੋ ਸੁਣਿਆ ਉਹਨੂੰ ਜੇਕਰ ਪਰਸੇ ਨਹੀਂ ਹੈਗਾ ਅਨੁਭਵ ਨਹੀਂ ਕੀਤਾ ਹੈਗਾ ਤੇ ਫਿਰ ਸਾਡੀ ਅਵਸਥਾ ਜਿਹੜੀ ਉਹ ਨਹੀਂ ਬਦਲਦੀ ਇਸ ਕਰਕੇ ਜਿਸ ਵੇਲੇ ਅਸੀਂ ਉਸ ਨੂੰ ਪਰਸ ਲਿਆ ਪਰਮ ਸੱਚ ਨੂੰ ਪਰਸ ਲਿਆ ਤੇ ਫਿਰ ਸਾਡੇ ਅੰਦਰ ਮੇਰ ਤੇ ਜਿਹੜੀ ਹੈ ਨਾ ਇਹ ਖਤਮ ਹੋ ਜਾਂਦੀ ਹੈ ਇਹ ਤੋਂ ਗੁਰਬਾਣੀ ਦੇ ਸਿਧਾਂਤਾਂ ਤੇ ਅਸੀਂ ਉਡਾਰੀ ਲਾਉਂਦੇ ਹਾਂ ਨਾ ਤੇ ਫਿਰ ਸਾਡੇ ਜਿਹੜੇ ਭੇਦ ਭਾਵ ਐ ਬੁਰਾਈਆਂ ਜਿਹੜੀਆਂ ਹੈਗੀਆਂ ਤੇ ਜਾਤਾਂ ਗੋਤਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਆ ਤੇ ਫਿਰ ਸ਼ਾਂਤੀ ਵੀ ਮਨ ਦੇ ਵਿੱਚ ਪੈਂਦੀ ਹੈ ਪਰ ਧਰਮੀ ਪੁਰਸ਼ ਕਦੇ ਵੀ ਸਮਾਜ ਦੇ ਵਿੱਚ ਜਿਹੜੇ ਬੰਦੇ ਦੋ ਟਾਈਮ ਦੀ ਰੋਟੀ ਨੂੰ ਮਥਾਜ ਹੋਏ ਹੋਏ ਅੱਜ ਦਿਖਦੇ ਆ ਸਾਨੂੰ ਕਿੰਨੇ ਲੋਕ ਭੁੱਖ ਨਾਲ ਸੌਂਦੇ ਆ ਅੱਜ ਕਿੰਨੇ ਲੋਕ ਇਲਾਜ ਨੂੰ ਤਰਸਦੇ ਆ ਕਿੰਨੇ ਲੋਕ ਜਿਹੜੇ ਅੱਜ ਇਲਾਜ ਬਿਨਾ ਕਰ ਲੋ ਵੀ ਰੋਲ ਕੇ ਮਰ ਜਾਂਦੇ ਹੈਗੇ ਕਿੰਨੇ ਲੋਕ ਡਿਪਰੈਸ਼ਨ ਚ ਗਏ ਆ ਸੜਕਾਂ ਤੇ ਘਰਾਂ ਦੇ ਵਿੱਚ ਰੁੜਦੇ ਆ ਕਿੰਨੇ ਬੱਚੇ ਹੈਗੇ ਆ ਮਾਪੇ ਤੋਂ ਬਾਹਰ ਜਿਹੜੇ ਵਿਚਾਰੇ ਭੋਲੇ ਭਾਲੇ ਕਰ ਲੋ ਜਿਨ੍ਹਾਂ ਨੂੰ ਅਸੀਂ ਸਪੈਸ਼ਲੀ ਅਬਲ ਕਹਿੰਦੇ ਆ ਬੱਚੇ ਕਿ ਲੱਖਾਂ ਦੀ ਗਿਣਤੀ 'ਚ ਪੰਜਾਬ ਦੇ ਵਿੱਚ ਜਿਹੜੇ ਯਾ ਸਾਡੇ ਦੇਸ਼ ਦੇ ਵਿੱਚ ਹੈਗੇ ਹਨ ਪਰ ਧਰਮੀ ਪੁਰਸ਼ ਗੁਰੂ ਗੁਰੂ ਸਾਹਿਬ ਨੇ ਗੁਰੂ ਅੰਦਾਜ਼ ਜਿਹੜਾ ਆਪਾਂ ਜਦੋਂ ਇਤਿਹਾਸ ਫੋਲ ਕੇ ਦੇਖਦੇ ਨੇ ਮਤਲਬ ਬਹੁਤ ਲੰਮਾ ਸਮਾਂ ਚਾਹੀਦਾ ਹੈਗਾ ਉਸ ਨੂੰ ਬਿਆਨ ਕਰਨ ਲਈ ਵਿਚਾਰਨ ਲਈ ਤੇ ਗੁਰੂ ਰਾਮਦਾਸ ਜੀ ਦਾ ਕੋਲ ਰੱਖ ਰੱਖ ਕੇ ਇਲਾਜ ਕਰਦੇ ਸੱਚ ਦਾ ਉਪਰੇਸ਼ਟ ਕਰਉਂਦੇ ਗੁਰੂ ਅਰਜਨ ਦੇਵ ਜੀ ਧਰਮੀਆਂ ਕੋਈ ਸਾਡੇ ਸਾਹਮਣੇ ਬਰਾਈਆਂ ਪ੍ਰਗਟ ਨਹੀਂ ਹੋਣਗੀਆਂ ਵੇ ਨਹੀਂ ਨਹੀਂ ਜੇਕਰ ਉਹਦੇ ਲਈ ਤਾਂ ਸੰਘਰਸ਼ ਕਰਨਾ ਤਾਂ ਉਹਨਾਂ ਦਾ ਫਿਰ ਮਤਲਬ ਇੱਕ ਕਿਸਮ ਦਾ ਧਰਮ ਹੈ ਨਾ ਉਹ ਉਹਨਾਂ ਦਾ ਤੇ ਇਸ ਕਰਕੇ ਉਹ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡੇ ਸ਼ੈਲਟਰ ਹੌਮ ਵੀ ਬਣਾਏ ਪਾਣੀ ਦੀ ਸਮੱਸਿਆ ਛੇ ਛੇ ਟੈਂਕ ਖੂ ਗੁਰੂ ਹਰਿ ਰਾਏ ਪਾਸ਼ਾ ਦੇ ਵੱਡੇ ਵੱਡੇ ਦਵਾਖਾਨੇ ਚੇਚਕ ਦੇ ਰੋਗੇ ਨੂੰ ਪਰਿਵਾਰ ਦੀ ਤਰ੍ਹਾਂ ਸੰਭਾਲਿਆ ਇਸ ਕਰਕੇ ਧਰਮੀ ਲਈ ਇਹ ਲਾਜ਼ਮੀ ਹੈ ਕਿ ਪਰਿਵਾਰ ਦੀ ਤਰ੍ਹਾਂ ਸਮਾਜ ਦੇ ਨਾਲ ਰਿਸ਼ਤਾ ਨਿਭਾਉਣਾ ਇਹ ਧਰਮੀ ਲਈ ਬਿਲਕੁਲ ਧਰਮ ਦੇ ਫਰਜ਼ ਕੀ ਹੋਣੇ ਕਿਵੇਂ ਅਸੀਂ ਇਨਸਾਨ ਬਣ ਕੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਕਰਮ ਕਰਦੇ ਹੋਏ ਉਸ ਮਾਲਕ ਦੀ ਨਦਰ ਬਖਸ਼ਿਸ਼ ਦੇ ਪਾਤਰ ਬਣ ਸਕਦੇ ਆ ਕਿਵੇਂ ਸਚਿਆਰਾ ਹੋਈਏ ਕਿ ਕੋੜਾ ਟੁੱਟੇ ਪਾਲ ਉਹ ਸਚਾਰ ਕਿਵੇਂ ਬਣਾਂਗੇ ਜਿਵੇਂ ਕਿ ਹੁਣ ਤੁਸੀਂ ਇਹ ਵਿਚਾਰ ਸੁਣੀ ਹੈ ਕਿ ਉਹਨਾਂ ਗੁਣਾਂ ਨੂੰ ਪਰਸਕੇ ਧਰਮ ਨੂੰ ਆਧਾਰ ਬਣਾ ਕੇ ਫਿਰ ਜਦੋਂ ਅਸੀਂ ਉਹ ਕਰਮ ਕਰਾਂਗੇ ਫਿਰ ਉਸ ਮਾਲਕ ਦੇ ਸੱਚੇ ਬੰਦੇ ਹੋ ਕੇ ਨਿਭੜਾਂਗੇ ਸੋ ਇਹ ਵਿਚਾਰ ਅਸੀਂ ਕਰ ਰਹੇ ਸੀ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰਾ ਉਹਨਾਂ ਦੇ ਨਾਲ ਤੁਸੀਂ ਦੇਖਣਾ ਤੇ ਆਪਣੇ ਵਿਚਾਰ ਦੇਣਾ ਜਰੂਰ ਸ਼ੇਅਰ ਕਰਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਖਾਲਸਾ ਟਵੀ ਚੈਨਲ ਨੂੰ ਚੰਡੀਗੜ੍ਹ